ਬਲਤਕਾਰ ਦਾ ਇੱਕ ਹੋਰ ਘਿਨੌਣਾ ਕੇਸ ਸਾਹਮਣੇ ਆਇਆ ਹੈ, ਜਿੱਥੇ ਇੱਕ ਭਾਜਪਾ ਵਿਧਾਇਕ ਨੇ ਇੱਕ ਔਰਤ ਨਾਲ ਬੜੀ ਹੀ ਦਰਿੰਦਗੀ ਨਾਲ ਲਗਾਤਾਰ 1 ਮਹੀਨੇ ਤੱਕ ਸਮੂਹਿਕ ਬਲਾਤਕਾਰ ਕੀਤਾ। ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਆ ਨਾਥ ਦੀ ਸਰਕਾਰ ਵਿੱਚ ਭਾਜਪਾ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਭਦੋਹੀ ਤੋਂ ਵਿਧਾਇਕ ਤ੍ਰਿਪਾਠੀ ਨਾਲ ਉਸਦਾ ਭਤੀਜਾ ਅਤੇ ਹੋਰ 5 ਵਿਅਕਤੀ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹਨ। ਦੋਸ਼ ਹੈ ਕਿ ਉਹਨਾਂ ਨੇ ਵਾਰਾਣਸੀ ਦੀ ਰਹਿਣ ਵਾਲੀ ਇੱਕ ਔਰਤ ਨਾਲ ਜਬਰਨ 1 ਮਹੀਨੇ ਤੱਕ ਬਲਾਤਕਾਰ ਕੀਤਾ। ਪੀੜਤਾ ਨੇ 10 ਫਰਵਰੀ ਨੂੰ ਵਿਧਾਇਕ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਵਿਧਾਇਕ ਤ੍ਰਿਪਾਠੀ ਸਮੇਤ ਕੁੱਲ 7 ਵਿਅਕਤੀਆਂ ਖਿਲਾਫ਼ IPC ਦੀ ਧਾਰਾ 313, 504 ਅਤੇ 506 ਤਹਿਤ ਮੁਕੱਦਮਾ ਦਰਜ ਕੀਤਾ। ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਤ੍ਰਿਪਾਠੀ ਦੇ ਭਤੀਜੇ ਸੰਦੀਪ ਤ੍ਰਿਪਾਠੀ ਨੇ ਸਭ ਤੋਂ ਪਹਿਲਾਂ ਉਸ ਨਾਲ 2016 ਵਿੱਚ ਬਲਾਤਕਾਰ ਕੀਤਾ ਸੀ। ਸੰਦੀਪ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ, ਇਸ ਲਈ ਉਸਨੇ ਖੁਦ ਨੂੰ ਹੌਸਲਾ ਦੇ ਕੇ ਉਦੋਂ ਸ਼ਿਕਾਇਤ ਦਰਜ ਨਹੀਂ ਕਰਵਾਈ। 2017 ਵਿੱਚ ਵਿਧਾਨ ਚੋਣਾਂ ਸਮੇਂ ਸੰਦੀਪ ਨੇ ਉਸਨੂੰ 1 ਮਹੀਨੇ ਤੱਕ ਹੋਟਲ ਵਿੱਚ ਰੱਖਿਆ। ਇਸ ਦੌਰਾਨ 7 ਲੋਕਾਂ ਨੇ ਉਸ ਨਾਲ ਲਗਾਤਾਰ ਬਲਾਤਕਾਰ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਜਬਰੀ ਉਸਦਾ ਗਰਭਪਾਤ ਵੀ ਕਰਵਾ ਗਿਆ। ਇਸ ਮਾਮਲੇ ਦੀ ਜਾਂਚ SSP ਰਵਿੰਦਰ ਵਰਮਾ ਨੂੰ ਸੌਂਪੀ ਗਈ ਸੀ। ਜਾਂਚ ਤੋਂ ਬਾਅਦ ਵਿਧਾਇਕ ਸਮੇਤ ਬਾਕੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਹੁਣ ਪੀੜਤਾ ਦੇ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਦਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।